पिंड वाखा च झाड़ियों विचों चिट्टे दे नशे की ओवरडोज कारण बेहोशी की हालत में दो नौजवान पए हुए मिले जिन्हां दे मूंह विचों झग निकल रही सी अते उन्हां दे आस पास नशा सेवन करन दा साजो समान पिया होया सी। पिंड वासियां वल्लों उक्त नौजवानों नूं होश विच लियाउण लई काफ़ी जद्दोजहद की गई, जिस तों बाद एक नौजवान होश विच आया अते उसने दस्सिया कि असीं दोनों गुरदासपुर दे रहण वाले हाँ ते असीं इत्थे नशा लैण लई आए सी। दूजे नौजवान की हालात खराब होण कारण उह होश विच नहीं आया। पिंड वासियां ने नौजवानों की जेब विच मिले मोबाइल फोन ते नौजवान दे घर फोन किया अते उन्हां दी हालत बारे दस्सिया। कुछ देर बाद गुरदासपुर तो उक्त नौजवानों के परिवारक मेंबर आए अते उन्हां नूं इलाज दे लई अपने नाल गुरदासपुर लै गए। ਤੇ ਮੁੜ ਕੇ ਆ ਭੰਗ ਚ ਵੜ ਜਾਂਦੇ ਆ। ਮੈਂ ਸੋਚਣਾ ਵੀ ਭੰਗ ਮਿਲਦੇ ਆ, ਪਰ ਮੈਂ ਅੱਜ ਮੌਕੇ ਦੇ ਆ ਕੇ ਵੇਖਿਆ ਤੇ ਡਿੱਗੇ ਪਏ ਆ 8:30 ਵਜੇ। ਇਹ ਤੁਹਾਡੇ ਆਉਣ ਤੋਂ ਪਹਿਲਾਂ ਡਿੱਗੇ ਤੇ ਇਹ? ਜਦੋਂ ਮੈਂ ਪੈਲੀ 'ਚ ਆਇਆ ਤਾਂ ਮੈਂ ਦੇਖਿਆ ਤੇ ਡਿੱਗੇ ਸਵੇਰ ਦੇ। ਹਾਂਜੀ, ਅੱਛਾ 8:30 ਵਜੇ, 8:30 ਵਜੇ ਡਿੱਗੇ ਮੌਕੇ ਦੇ ਹਲਾਲ। ਆ ਵਾਂਖੇ ਦੇ ਉੱਥੇ ਜਾਣਾ ਨੂੰ ਡਰੈਗ ਸਪਲਾਈ ਹੁੰਦੀ ਹੈ ਜੀ, ਇੱਥੇ ਹੀ ਦੇ ਕੇ ਜਾਂਦੇ ਹੈਗੇ ਆ ਸਾਹਮਣੇ ਤੁਹਾਡੇ। ਆਹ ਦੇਖ ਲਓ ਜਾਂ ਸਰਿੰਜਾਂ ਵੇਖ ਲਓ, ਇਹਨਾਂ ਪੰਨੀਆਂ ਦੇ ਵਿੱਚ ਇਹਨਾਂ ਨੂੰ ਗਰਾਕਾਂ ਬਣਾ ਕੇ ਦੇ ਜਾਂਦੇ ਹੈਗੇ ਆ। ਲਾਈਟਰ ਹੈਗੇ ਆ, ਇਹ ਟੀਕੇ ਹੈਗੇ ਆ, ਠੀਕ ਨਾ ਜੀ। ਇਹ ਵਾਂਖੇ ਦੇ ਪੰਚਾਇਤ ਵੀ ਕਹਿੰਦੀ ਹੈਗੀ ਵੀ ਅਸੀਂ ਪਿੰਡ ਦੇ ਵਿੱਚੋਂ ਨਸ਼ਾ ਮੁਕਾਤਾ ਜੀ, ਜੇ ਪਿੰਡ 'ਚੋਂ ਮੁੱਕ ਗਿਆ ਤੇ ਆਹ ਕਿੱਥੋਂ ਆਣ ਡਿਆ? ਇਹ ਪ੍ਰੇਮ ਨਗਰ ਦੇ ਗੁਰਦਾਸਪੁਰ ਦੇ ਮੁੰਡੇ ਆ ਜੀ, ਕਿੱਥੋਂ ਗੁਰਦਾਸਪੁਰ ਸਾਰਾ ਛੱਡ ਕੇ ਕਿੰਨੇ ਇਲਾਕੇ 15-20 ਕਿਲੋਮੀਟਰ ਦੇ ਦੂਰ ਤੋਂ ਆਏ ਹੈਗੇ ਆ ਲੈਣ। ਇੱਥੇ ਟੀਕੇ ਲਾ ਕੇ ਬੇਸੁੱਧ ਹੋ ਕੇ ਪਏ ਆ, ਤੁਸੀਂ ਇਹਦੀ ਕੰਡੀਸ਼ਨ ਵੇਖ ਹੀ ਲਿਆ। ਮੇਰੇ ਹਿਸਾਬ ਨਾਲ ਨਹੀਂ ਦੋਨਾਂ 'ਚੋਂ ਇੱਕ ਵੀ ਬਚੇਗਾ ਜੋ ਉਹਨਾਂ ਦੀ ਕੰਡੀਸ਼ਨ ਹੈਗੀ ਆ, ਠੀਕ ਹੈ ਨਾ ਜੀ। ਤੁਸੀਂ ਆਪ ਦੇਖ ਲਓ, ਸਰਕਾਰ ਅੱਗੇ ਅਪੀਲ ਆ, ਭਗਵੰਤ ਮਾਨ ਅੱਗੇ ਅਪੀਲ ਆ, ਜ਼ਿਲ੍ਹਾ ਪ੍ਰਸ਼ਾਸਨ ਅੱਗੇ ਅਪੀਲ ਹੈਗੀ ਆ ਕਿ ਗੰਦ 'ਚ ਰੁਲਦੀਆਂ ਜਵਾਨੀਆਂ ਜਿਹੜੀਆਂ ਬਚਾ ਲਓ ਜੀ।